ਸ਼ਬਦ ਪੱਦਰ ਦੇ ਬੱਚਿਆਂ ਲਈ ਵਾਕਾਂ ਦੀਆਂ ਖੇਡਾਂ ਕਾਰਨ ਨੰਬਰ 2 ਜਿਸ ਵਿੱਚ ਅਸੀਂ ਫਿਰ ਤੋਂ ਬੱਚਿਆਂ ਨੂੰ ਇੱਕ ਵਾਕ ਦਵਾਂਗੇ ਉਸ ਵਾਕ ਤੋਂ ਬੱਚਾ ਹੋਰ ਨਵੇਂ ਵਾਕ ਤਿਆਰ ਕਰੇਗਾ ਕਿਸੇ ਇੱਕ ਸ਼ਬਦ ਜਾਂ ਦੋ ਸ਼ਬਦਾਂ ਨੂੰ ਬਦਲ ਕੇ ਚੀੜੀ ਨੂੰ ਇੱਕ ਦਾਣਾ ਲੱਭ ਗਿਆ ਹੁਣ ਚੀੜੀ ਨੂੰ ਇੱਕ ਪਿੱਪਲ ਲੱਭ ਗਿਆ ਦਾਣਾ ਦੀ ਜਗ੍ਹਾ ਪਿੱਪਲ ਚੀੜੀ ਨੂੰ ਇੱਕ ਹਾਥੀ मिल गया चिड़ी ਨੂੰ ਇੱਕ ਚੂਹਾ ਮਿਲ ਗਿਆ ਤਾਂ ਇੱਥੇ ਇੱਕ ਵਾਰ ਤੋਂ ਅਸੀਂ ਫੋਰ ਫਾਕ ਤਿਆਰ ਕੀਤੇ ਹੁਣ ਆਪਣੇ ਪੈਰ ਸਾਫ਼ ਰੱਖੋ ਆਪਣੇ ਦੰਦ ਸਾਫ਼ ਰੱਖੋ ਆਪਣੇ ਵਾਲ ਸਾਫ਼ ਰੱਖੋ ਆਪਣੇ ਨਹੋਂ ਸਾਫ਼ ਰੱਖੋ ਤਾਂ ਇੱਥੇ ਸਾਫ਼ ਰੱਖਣ ਦੀ ਗੱਲ ਹੋ ਰਹੀ ਸੀ ਤਾਂ ਸਾਫ਼ ਅਸੀਂ ਪੈਰ ਦੰਦ ਵਾਲ ਨਹੋਂ ਇਹ ਸਾਰੇ ਸ਼ਬਦ ਬਦਲ ਸਕਦੇ ਹਨ ਆਪਣਾ ਤਨ ਸਾਫ਼ ਰੱਖੋ ਆਪਣੇ ਹੱਥ ਸਾਫ਼ ਰੱਖੋ ਆਪਣਾ ਘਰ ਸਾਫ਼ ਰੱਖੋ ਆਪਣਾ ਸਕੂਲ ਸਾਫ਼ ਰੱਖੋ ਪਹਿਲੇ ਇੱਕ ਵਕਤੋਂ ਅਸੀਂ ਹੋਰ ਵਕਤਿਆਰ ਕੀਤੇ ਹੁਣ ਬੱਚਿਆਂ ਨੂੰ ਪਤਾ ਹੈ ਤਨ ਸਾਫ਼ ਤੋਂ ਹੱਥ ਵੀ ਸਾਫ਼ ਕਰਨੇ ਚਾਹੀਦੇ ਨੇ ਹਨ ਘਰ ਵੀ ਸਾਫ਼ ਸਕੂਲ ਵੀ ਸਾਫ਼ ਤਾਂ ਉਹ ਕਈ ਤਰ੍ਹਾਂ ਦੇ ਵਾਕ ਆਪਣੇ ਆਪ ਤਿਆਰ ਕਰੇਗਾ ਘਰ ਵਿੱਚ ਸਫਾਈ ਜ਼ਰੂਰ ਰੱਖੋ ਸਕੂਲ ਵਿੱਚ ਜਿਸ ਫਾਈ ਧੂਰ ਰੱਖੋ ਗਲੀਆਂ ਵਿੱਚ ਸਫਾਈ ਜ਼ਰੂਰ ਰੱਖੋ ਹਰ ਸਥਾਨੋ ਤੇ ਸਫਾਈ ਜ਼ਰੂਰ ਰੱਖੋ ਮੋਹਨ ਦਾਸ ਨੇ ਡਰ ਕੇ ਚੀਕ ਮਾਰੀ ਮੋਹਨ ਦਾਸ ਨੇ ਉੱਠ ਕੇ ਚੀਕ ਮਾਰੀ ਹਰੀ ਦਾਸ ਨੇ ਡਰ ਕੇ ਚੀਕ ਮਾਰੀ ਹਰੀ RAM ਨੇ ਡਰ ਕੇ ਹਾਕ ਮਾਰੀ ਤਾਂ ਇੱਕ ਵਕਤੂ ਹੋਰ ਆਪਾਂ ਨੇ ਨਵੇਂ ਵਾਕ ਤਿਆਰ ਕੀਤੀ ਮੇਰੇ ਪਿਤਾ ਜੀ ਕਿਸਾਨ ਹਨ ਮੇਰੇ ਚਾਚਾ ਜੀ ਕਿਸਾਨ ਹਨ ਮੇਰੇ ਦਾਦਾ ਜੀ ਕਿਸਾਨ ਹਨ ਮੇਰੇ ਨਾਨਾ ਜੀ ਕਿਸਾਨ ਹਨ ਪੰਜਾਬੀ ਸਾਨੂੰ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਇਹ ਨਿੰਮ ਦਾ ਵੱਡਾ ਦਰਖਤ ਹੈ ਇਹ ਪੀਪਲ ਦਾ ਵੱਡਾ ਦਰਖਤ ਹੈ ਇਹ ਬੋਹੜ ਦਾ ਵੱਡਾ ਦਰਖਤ ਹੈ पिप्पल का पुराना दरख्त है लोहड़ी का दिन सी ईद का दिन सी दिवाली का दिन सी विसाखी का दिन चिड़ी पिपल कोल गई चिड़ी हाथी कोल गई चिड़ी रस्से कोल गई चिड़ी चूहे कोल गई बीरवर घर चला गया ਅਕਬਰ ਘਰ ਚਲਾ ਗਿਆ ਅਕਬਰ ਦਰਬਾਰ ਚਲਾ ਗਿਆ ਸਲੀਮ ਮਹਿਲ ਚਲਾ ਗਿਆ ਉਸ ਕੋਲ ਇੱਕ ਛੀਕੂ ਸੀ ਉਸ ਕੋਲ ਇੱਕ ਸੇਬ ਸੀ ਉਸ ਕੋਲ ਇੱਕ ਅੰਮ੍ਰੋਦ ਸੀ ਉਸ ਕੋਲ ਇੱਕ ਅੰਬ ਸੀ ਇਹ ਸਨ ਵਾਕਾਂ ਦੀਆਂ ਖੰਡਾਂ ਜਿਸ ਵਿੱਚ ਅਸੀਂ ਇੱਕ ਬੱਚੇ ਨੂੰ ਵਾਕ ਦੇਵਾਂਗੇ ਤੇ ਉਸ ਵਾਕ ਤੋਂ ਬੱਚਾ